ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ। ਅੱਜ ਆਪਾਂ ਗੱਲ ਕਰਦੇ ਹਾਂਗੇ ਬੱਕਰੀਆਂ ਵਾਲੀ ਮਤਲਬ ਵੀਡੀਓ ਦੇ ਵਿੱਚ, ਅਤੇ ਆਪਾਂ ਇਹ ਜਾਣਨਾ ਚਾਹੁੰਦੇ ਹਾਂ ਕਿ ਬਾਈ ਨਾਲ ਵੀ ਗੱਲ ਕਰਾਂਗੇ ਵੀ ਬੱਕਰੀ ਪਾਲਣ ਦੇ ਵਿੱਚ ਕਿੰਨਾ ਕੁ ਫਾਇਦਾ ਗਾ, ਕਿੰਨਾ ਕੁ ਨੁਕਸਾਨ ਆ। ਆਪਾਂ ਬਾਈ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ ਵੀ ਇਹਦਾ ਫਾਇਦਾ ਵੀ ਹੈਗਾ, ਕਿਉਂਕਿ ਅੱਜ ਕੱਲ੍ਹ ਇਹ ਇੱਕ ਸਹਾਇਕ ਧੰਦਾ ਬਣ ਚੁੱਕਿਆ ਹੈਗਾ ਕਿਸਾਨਾਂ ਦੇ ਨਾਲ। ਆਓ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਬਾਈ ਨਾਲ ਗੱਲ ਕਰਦੇ ਹਾਂਗੇ। ਅਤੇ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ ਬਾਈ ਜੀ, ਕਿਵੇਂ ਆ? ਇਹਦੇ ਵਿੱਚ ਮਤਲਬ ਫਾਇਦਾ ਹੈਗਾ ਕਿ ਹੈ ਨਹੀਂ ਗਾ? ਫਾਇਦਾ ਤਾਂ ਇਹ, ਮੈਂ ਤੈਨੂੰ ਗੱਲ ਇਹ ਦੱਸਦਾ ਵੀ ਪਹਿਲਾਂ ਬਜ਼ੁਰਗ ਕਹਿੰਦਾ ਵੀ ਜਿਹਦੇ ਘਰੇ ਬਰਕਤ ਨਹੀਂ ਆਉਂਦੀ, ਹੈ ਨਾ? ਹਾਂਜੀ ਹਾਂਜੀ, ਰਿਜ਼ਕ ਨਹੀਂ ਹੈਗਾ। ਹਾਂਜੀ, ਬੰਦੇ ਕਹਿ ਦਿੰਦੇ ਆ ਵੀ ਯਾਰ ਅਸੀਂ ਐਂ ਆ ਵੀ ਆਮਦਨ ਹੈ ਨਹੀਂ ਜੀ, ਦਾਰੂ ਨੜਾ ਕੇ ਪਿਆ ਰਿਹਾ ਦਿਨ ਰਾਤ, ਫਿਰ ਤੱਕ ਕਾਹੇ 'ਚ ਵੀ ਨਹੀਂ ਆਮਦਨ। ਅੱਛਾ ਜੀ, ਬੱਕਰੀ ਤੱਕ ਇਹੋ ਜਿਹੀ ਬਰਕਤ ਵਾਲਾ ਸਮਝ ਲਾ ਵੀ ਆਪਾਂ ਘੋੜੀਆਂ ਨੂੰ ਕਹਿ ਦਿੰਦੇ ਹਾਂ ਵੀ ਕੁਛ ਆਉਂਦਾ ਨਹੀਂ ਇੱਥੇ, ਜਿੱਥੇ ਤੱਕ ਪੁਕਾਰਾ ਮਾਰਦੀ ਹੈ ਘੋੜੀ। ਅੱਛਾ ਜੀ, ਉਹ ਚੀਜ਼ ਆ ਬੱਕਰੀ ਦਾ। ਇਹਦੇ ਵਿੱਚ ਇੱਕ ਮੈਂ ਕਹਾਵਤਾਂ ਸੁਣਦਾ ਰਿਹਾ ਵੀ ਕਹਿੰਦੇ ਹੁੰਦੇ ਆ ਵੀ ਜਿਹੜਾ ਬੰਦਾ ਬੱਕਰੀਆਂ ਰੱਖਦਾ ਬੱਕਰੀਆਂ ਵਾਲੀ ਦੀ ਕਦੇ ਜੇਬ ਖਾਲੀ ਨਹੀਂ ਹੁੰਦੀ, ਇਹ ਸੱਚ ਆ ਕਿ ਝੂਠ ਆ? ਨਹੀਂ ਹਜੇ ਵੀ ਹੈਗੇ ਆ ਮੇਰੇ ਕੋਲ ਪੈਸੇ ਵਾਲੇ ਹੈਗੇ ਆ ਨੇ। ਅੱਛਾ, ਵੀ ਕਈ ਵਾਰੀ ਸੂ ਪੈਂਦੀ ਹੈ ਮਹੀਨੇ ਦੇ ਵਿੱਚ? ਮਹੀਨੇ ਦੇ ਵਿੱਚ ਆਹਾ, ਆਪਣੇ ਸਾਲ ਦੇ ਵਿੱਚ? ਸਾਲ ਦੇ ਵਿੱਚ ਮੈਂ 17-18 ਕੁ ਮਹੀਨੇ ਚ ਤਿੰਨ ਵਾਰੀ ਬੱਕਰੀ ਸਵਾ ਲੈਣਾ। ਵੀ ਸਾਲ ਦੇ ਵਿੱਚ ਤਿੰਨ ਵਾਰੀ ਬੱਕਰੀ ਸਵਾ ਲੈਣਾ? ਤਿੰਨ ਵਾਰੀ ਵੀ ਸੂ ਪੈਂਦੀ ਹੈ। ਤੇ ਜਿਹੜੀ ਉਹਦੀ ਵੀ ਕਾਇ ਮੇਮਣੇ ਦਿੰਦੀ ਆ ਉਹ, ਜੇ ਆਪਾਂ ਐ ਚਲੀਏ ਵੀ ਚੱਲ ਪਸ਼ੂ ਜਾਨ ਰਹਿੰਦੀ ਆ, ਫਿਰ ਦੋ ਵਾਰਾਂ ਵੀ ਸੂ ਸਵਾ ਲੈਂਦੇ ਵਿੱਚ। ਅੱਛਾ ਜੀ, 5-4 ਮਹੀਨਾ ਦਾ ਗੈਪ ਪਾਤਾ ਵਿੱਚ। ਵੀ ਮੇਮਣੇ ਕਿੰਨੇ ਦਿੰਦੀ ਆ ਤੁਹਾਡੀ ਨੌਲੇਜ ਨਾਲ? ਮੇਮਣੇ ਅਸਲ ਦਾ ਵਾਧਾ ਦੋ ਪਸੰਦ ਕਰਦੇ, ਤਿੰਨ ਵੀ ਦੇ ਦਿੰਦੇ, ਚਾਰ ਵੀ ਦੇ ਦਿੰਦੇ ਆ। ਸਾਡਾ ਦਾਅਵਾ ਹੈਗਾ 5-5 CC ਮੇਮਣੇ ਦਾ ਦਿੱਤੇ ਆ ਬੱਕਰੀਆਂ ਨੇ ਸਾਡੇ ਕੋਲ, ਸਾਡੇ ਕਿਹੜਾ ਅੱਜ ਦਾ ਕੰਮ ਹੈਗਾ, ਚੌਥੀ ਪੀੜ੍ਹੀ 'ਚ ਆ ਗਈਆਂ ਬੱਕਰੀਆਂ ਸਾਡੇ। ਚੌਥੀ ਪੀੜ੍ਹੀ 'ਚ ਬਾਈ ਕਹਿੰਦਾ ਬੱਕਰੀਆਂ ਗੀਆਂ ਸਾਡੀਆਂ, ਅਤੇ ਵੀ 4-4-5-5 ਮੇਮਣੇ ਦਿੱਤੇ ਨੇ, ਫਿਰ ਉਹਨਾਂ ਦੇ ਜਾਣੀ ਕਿ ਉਹਨਾਂ ਨੂੰ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਬੱਕਰੀ ਦੇ ਦੋ ਥਣ ਹੁੰਦੇ ਨੇਗੇ, ਅਤੇ ਉਹਨਾਂ ਨੂੰ ਫਿਰ ਸੰਭਾਲ ਦੇ ਪੱਖੋਂ ਕੋਈ ਵੀ ਨੁਕਸਾਨ ਹੋਇਆ ਹੋਵੇ ਜਿਹੜੇ ਮਤਲਬ 4 ਮੇਮਣੇ ਤੋਂ ਉੱਪਰ ਦੇ ਦਿੰਦੀਆਂ, 3-4 ਤੋਂ 4 ਜਦੋਂ 4 ਦੇ ਸਮਝ ਲਾ ਵੀ 4 ਤਾਂ ਸੌਖੀ ਵਾਲੇ ਆ ਪਾਲਣੇ, ਕਿਆ 2 ਪਹਿਲਾਂ 'ਚੀਆਂ ਅਤੇ 2 ਬਾਅਦ 'ਚ। ਜਿਹੜੇ ਹੁਣ ਸੀ ਵੀ ਦੇ ਦਿੰਦੇ ਆ 7 ਤੱਕ ਰੈਂਡਾ ਬੱਕਰੀ ਦੀ, 7 ਤੱਕ ਮੇਮਣੇ ਦੇ ਸਕਦੀ ਆ ਬੱਕਰੀ ਬੱਕਰੀ ਇਹ ਤੁਸੀਂ ਦਾਅਵਾ ਕਰਦੇ ਹੋ? ਲੈ ਵੀ ਬਾਈ ਵੀਡੀਓ ਦੇ ਵਿੱਚ ਦਾਅਵਾ ਕਰ ਰਿਹਾ, ਕਹਿੰਦਾ ਵੀ ਜੱਦੀ ਪੁਸ਼ਤੀ ਕੰਮ ਆ ਇਹਨਾਂ ਦੇ, ਨੇ ਕਿੰਨੇ ਸਾਲ ਹੋ ਗਏ ਵੀਰੇ ਕੰਮ ਕਰਦੇ ਨੇ? ਸਾਡਾ ਮੇਰੇ ਦਾਦੇ ਜੀ ਤੋਂ ਲਾ ਕੇ ਚੱਲਿਆ ਨਾ, ਹੁਣ ਸਾਡੇ ਮੁੰਡੇ ਵੀ ਕੰਮ ਇਹ ਕਰਨ ਲੱਗ ਗਏ, ਜਿਹਨਾਂ ਸਰੀਫ ਵਰ ਕੇ ਅਮਰੀਕ ਵਰ ਕੇ ਜਾਣਦਾ ਜੀ ਮੈਂ ਸਭ ਨੂੰ। ਹਾਂ, ਅਤੇ ਬਾਈ ਕਹਿੰਦਾ ਵੀ ਊਂ ਆਮਦਨ ਹੈਗੀ ਆ ਕਿ ਨਾ? ਜੇ ਆਪਾਂ ਘਰੇਲੂ ਹੁਣ ਆਪਾਂ ਜੱਟ ਜ਼ਿਮੀਦਾਰ ਬੰਦੇ ਹਾਂਗੇ ਸਾਰੇ ਜਾਣੇ, ਕੋਈ ਮੱਸਾਂ ਰੱਖਦਾ, ਕੋਈ 2 ਰੱਖਦਾ, ਕੋਈ ਕਦੇ ਗਊ ਰੱਖਦਾ ਨਾਲ, ਵੀ ਬੱਕਰੀ ਪਾਲਣ ਦੇ ਵਿੱਚ ਲਾਹੇਵੰਦ ਧੰਦਾ ਹੈਗਾ ਕਿ ਹੈ ਨਹੀਂ ਗਾ? ਵੀ ਕਿਸ ਹਿਸਾਬ ਨਾਲ ਲਾਹੇਵੰਦ ਆ ਗਿਆ? ਸਭ ਤੋਂ ਵੱਡੀ ਨਿਗਾਹ ਦਾ ਕੰਮ ਆ। ਅੱਛਾ ਜੀ, ਸਭ ਤੋਂ ਵੱਡਾ ਨਿਗਾਹ ਦਾ, ਬੰਦੇ ਨੂੰ ਮਾੜੀ ਮੋਟੀ ਨੌਲੇਜ ਹੋਣੀ ਚਾਹੀਦੀ ਵੀ ਕਈ ਵਾਰੀ ਹੁਣ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਪਸ਼ੂ ਕੀ ਭਾਲਦਾ, ਹੁਣ ਕੀ ਮੰਗ ਰਿਹਾ। ਠੀਕ ਹੈ ਜੀ, ਜਿਹੜਾ ਅਣਜਾਣ ਬੰਦਾ ਹੁੰਦਾ ਉਹ ਐਂ ਮਾਰ ਖਾ ਜਾਂਦਾ ਹੈ। ਅੱਛਾ, ਉਹਦਾ ਕੋਈ ਲੱਸਣ ਆਉਂਦੇ ਹੋਣਗੇ ਵੀ ਚਾਹੇ ਸਮੇਂ ਸਿਰ ਗੱਭਣ ਨਹੀਂ ਹੁੰਦੀ ਵੀ ਤਾਣੀ ਆਪਾਂ ਨੂੰ ਆਮਦਨ ਘੱਟਦੀ ਹੈ, ਵੀ ਕੀ ਲੱਸਣ ਉਹਦੇ ਤੁਸੀਂ ਜਿਹੜੇ ਵਿੱਚ ਤੁਰੇ ਫਿਰਦੇ ਹੋ? ਹੁਣ ਵਿੱਚ ਆਪਾਂ ਕਹਿੰਦੇ ਹਾਂ ਰੂਸੀ ਰੂਸੇ ਆ ਗਈ, ਇਹਦਾ ਮੇਮਣੇ ਸਿੱਟ ਜਾਂਦੀ ਆ, TPR ਆ ਗਈ ਇਹਦਾ ਬੁਖਾਰ ਹੋ ਗਈ, ਮੇਮਣੇ ਧੜਕਣ ਵੱਧ ਜਾਂਦੀ ਆ, ਸਿੱਟ ਜਾਂਦੀਆਂ। ਜਾਣੀ ਕਿ ਇਹ ਜਾਣਕਾਰੀ ਆਪਾਂ ਨੂੰ ਜ਼ਰੂਰੀ ਆ ਇੰਜੈਕਸ਼ਨਾਂ ਦੀ, ਵੀ ਜਿੰਨਾ ਆਪਣਾ ਹੋਵੇ ਆਪਾਂ ਘਰੇ ਬਚਾਅ ਕਰ ਸਕਦੇ ਹਾਂ। 4 ਵੈਕਸੀਨਾਂ ਜਾਇਜ਼ ਆ ਜੇ ਲਵਾ ਸਕੇ ਬੰਦਾ। ਉਹ ਕਿਹੜੀਆਂ ਕਿਹੜੀਆਂ ਵੈਕਸੀਨਾਂ ਨੇ ਬਾਈ ਤੁਸੀਂ ਦੱਸ ਦਿਓ ਯਾਰ। ਹੁਣ ਆਪਣੇ ਗਲ ਘੋਟੂ ਆ ਗਈ, ਮੂੰਹ ਖੁਰ ਆ ਗਈ, ਇੱਕ TPR ਆ ਗਈ, ਇੱਕ ਵੈਕਸੀਨ
ਧਿਆਨ 'ਚ ਨਹੀਂ ਹੈਗੀ ਇਸ ਟਾਈਮ। ਅੱਛਾ ਜੀ, ਲੈ ਵੀ ਭਾਈ ਨੇ ਸਾਰੀਆਂ ਵੈਕਸੀਨਾਂ ਦੱਸਦੀਆਂ ਵੀ ਜਣੀ ਕੁੱਲ ਮਿਲਾ ਕੇ ਜਿਹੜਾ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਹੈਗਾ ਵੀ ਮਤਲਬ ਘਾਟੇ ਵਾਲਾ ਬਣ 'ਚ ਹੈ ਨਹੀਂ ਗਾ ਜੇ ਸਹੀ ਗੌਰ ਕਰੀ ਜਾਵੇ। ਹੁਣ ਤੁਹਾਡੇ ਕੋਲ ਕਿੰਨੇ ਨਗ ਨੇ ਇਸ ਟਾਈਮ? ਇਸੇ ਟਾਈਮ ਬਈ 30-35 ਨਗ ਤਾਂ ਇੱਥੇ ਆ, 10-20 ਘਰੇ ਮੇਵਣੇ ਵੀ ਹੈਗੇ ਆ, 10-20 ਮੇਵਣੇ ਵੀ ਆ ਵੀ ਜਣੀ ਕਿ ਵਧੀਆ ਕਮਾਈ ਹੈਗੀ। ਫੁੱਲ ਕਮਾਈ ਆ, ਬੰਦਾ ਭੁੱਖਾ ਮਰਨ ਵਾਲਾ ਕੋਈ ਲੱਛਣ ਹੀ ਨਹੀਂ ਹੈਗਾ ਜੇ ਸਹੀ ਢੰਗ ਨਾਲ ਸਾਂਭੂ ਬੱਕਰੀਆਂ ਵੀ ਇਹ ਵੀ ਮਤਲਬ ਇੱਕ ਆਪਾਂ ਨੂੰ ਵਿਰਾਸਤ ਦੇ ਵਿੱਚ ਮਿਲਿਆ ਹੁੰਦਾ ਗਾ ਵੀ ਉਸ ਹਿਸਾਬ ਨਾਲ ਕਿ ਕੋਈ ਆਮ ਇਨਸਾਨ ਵੀ ਜਿਵੇਂ ਆਪਾਂ ਮਤਲਬ ਪਸ਼ੂਆਂ ਦਾ ਕੰਮ ਕਰਦੇ ਹਾਂ, 2-4 ਮੱਝਾਂ ਰੱਖੀਆਂ, 1-2 ਗਾਈਆਂ ਰੱਖੀਆਂ, ਉਹਦੇ ਵਿੱਚ ਵੀ ਰੱਖ ਸਕਦੇ ਹਾਂ, ਕਾਮਯਾਬ ਹੋ ਜੂਗਾ? ਹਾਂ ਕਾਮਯਾਬ ਆ ਵੀ ਜੇ ਸਹੀ ਸਿਰ 'ਤੇ ਸੰਭਾਲ ਕਰੀ ਜਾਵੇ ਪਸ਼ੂਆਂ ਦੀ। ਜੇ ਹੁਣ ਆਪਾਂ ਘਰੇ ਜੇ ਪਾਵਾਂਗੇ ਨਹੀਂ ਕੁਛ ਲੈ ਕੇ ਬੰਨ ਲਈ ਉਹਨੂੰ ਚੰਗੀ ਤਰ੍ਹਾਂ ਸਾਂਭੀ ਨਹੀਂ ਉਹਦਾ ਕੀ ਆਮਦਣਾ ਜੀ, ਜੇ ਹੁਣ ਵਧੀਆ ਸਾਂਭਾਂਗੇ ਤਾਂ ਆਮਦਨੀ ਆਮਦਣਾ ਜੀ। ਤੁਸੀਂ ਇਹਨੂੰ ਫਿਰ ਖੁਰਾਕ ਕੀ ਪਾਉਣੇ ਹੋਗੇ? ਜਿਵੇਂ ਆਪਾਂ ਕਹਿੰਦੇ ਹਾਂ ਵੀ ਖੇਤਾਂ ਦੇ ਵਿੱਚ ਆਪਾਂ ਜਿਹਨੇ ਪਸ਼ੂ ਰੱਖੇ ਨੇ ਪੱਠੇ ਪੁੱਠੇ ਪਾ ਦਿੰਦੇ ਵੱਢ ਕੇ ਵਸੀਨ ਖਾ ਜਾਂਦੀਆਂ, ਤੁਸੀਂ ਜ਼ਿਆਦਾ ਫੋਕਸ ਕਿਸ ਚੀਜ਼ 'ਤੇ ਕਰਦੇ ਹੋ? ਅਸੀਂ ਰਾਤ ਰੋਟੀ ਵੱਢ ਦਿੰਦੇ ਹਾਂਗੇ, ਹੈ ਨਾ? ਹਾਂਜੀ ਹਾਂਜੀ, ਜਿਹਨੇ ਇਹ ਵੀ ਨਹੀਂ ਕੰਮ ਕਰਨਾ ਕਹਿੰਦਾ ਸਿਲਕਾ ਗਿਆ ਉਹ ਪਾ ਸਕਦਾ ਬੰਦਾ, ਇਹਨੂੰ ਘਰ ਰੱਖਣੀਆਂ ਨੇ। ਹਾਂਜੀ, ਇਹਨੂੰ ਜਿਵੇਂ ਆਪਾਂ ਕਹਿ ਦਈਏ ਵੀ ਨੀਰਾ ਆ ਗਿਆ, ਮੂੰਗੀ ਦਾ ਆ ਗਿਆ, ਗੁਮਾਰੇ ਦਾ ਆ ਗਿਆ, ਉਹ ਪੈ ਸਕਦਾ। ਠੀਕ ਆ ਜੀ, ਕੁੱਲ ਮਿਲਾ ਕੇ ਮੈਂ ਜਿਹੜੀ ਲਾਸਟ ਗੱਲ ਕਰਨ ਲੱਗਿਆ, ਲਾਸਟ ਗੱਲ ਇਹ ਆ, ਰੱਬ ਸੁੱਖ ਰੱਖੇ ਵੀਡੀਓ ਕਿਤੇ ਫੇਰ ਬਣਾਵਾਂਗੇ ਦਰਸ਼ਕਾਂ ਖਾਤਰ, ਅਤੇ ਵੀ ਕਮਾਈ ਹੈਗੀ ਆ ਜੇ ਬੰਦਾ ਸਾਫ਼ ਸਿਰ 'ਤੇ ਕਰੇ ਵੀ ਪਸ਼ੂਆਂ ਨੂੰ ਲਾਹੇ ਬੰਦਾ ਸਭ ਦਾ ਅਸੀਂ ਵੀ ਲਾਹੇ ਬੰਦਾ ਕੋਈ ਵੀ ਬੰਦਾ ਸਾਂਭ ਸਕਦਾ। ਜਿਵੇਂ ਹੁਣ ਫੈਕਟਰੀ ਜਿਹੜੇ ਬੰਦੇ ਲੱਗੇ ਆ ਉਹ ਵੀ ਜਿਵੇਂ ਹੁਣ ਉਹਨਾਂ ਕੋਲ ਟਾਈਮ ਆਗਾ 4 ਘੰਟੇ ਉਹ ਵੀ ਸਾਂਭ ਸਕਦੇ। ਤੁਸੀਂ ਇਹਦੇ ਵਿੱਚ ਮੈਂ ਇੱਕ ਕੁਐਸਚਨ ਹੋਰ ਕਰ ਦਾਂਗਾ ਵੀ ਤੁਸੀਂ ਮਹੀਨੇ ਦੇ ਵਿੱਚ ਕਿੰਨੀ ਆਮਦਨ ਲਾ ਰਹੇ ਹੋ? ਬੱਤੀ ਬੱਕਰੀਆਂ ਤੁਹਾਡੇ ਕੋਲ ਨਾ, 32 ਬੱਕਰੀਆਂ ਤੁਸੀਂ ਕਿੰਨੀ ਆਮਦਨ ਲਾ ਰਹੇ ਹੋ ਇਸ ਟਾਈਮ? ਆਮਦਨ ਤਾਂ ਹੁਣ ਮੈਂ ਤੁਹਾਨੂੰ ਦੱਸਦਾ ਇਹਦੇ 'ਚ ਸਾਨੂੰ ਥੋੜ੍ਹਾ ਜਿਹਾ, ਬਾਕੀ ਤਾਂ ਸਾਡਾ ਸਾਰੀ ਸਰਕਲ ਇਹਦੇ ਜਾ ਸਾਨੂੰ ਇਹਨੇ ਕੱਚੇ ਸੂਟ ਵੀ ਵੇਚਣੇ ਪੈਂਦੇ ਆ। ਅੱਛਾ ਜੀ, ਜੇ ਮਾੜੇ ਜਿਹੇ ਪਾਲ ਕੇ ਵੇ ਤਾਂ ਆਮਦਨੀ ਆਮਦਨਾ। ਅੱਛਾ, ਜਾਣੀ ਕਿ ਕੋਈ ਮਤਲਬ ਲਾਹੇਵੰਦ ਧੰਦਾ ਹੈਗਾ, ਕੋਈ ਬੇਕਾਰ ਧੰਦਾ ਨਹੀਂ ਹੈਗਾ ਵੀ ਨਾਲ? ਜੇ ਹੁਣ ਮੈਂ ਇਕੱਲਾ ਗਿਆ, ਉਹਨੂੰ 4 ਦੂਸਰੇ ਹੁਣ ਇਕੱਲੇ ਨੂੰ ਹੋ ਰਹਿੰਦਾ ਹੈ ਦਿੱਕਤ ਯਾਰ, ਉਹ ਵੀ ਲਿਆਉਣਾ ਫਿਰ ਉਹ ਸੂਟਾਂ 'ਚ ਕਮਾ ਪੈਂਦਾ। ਊਂ ਇਹ ਸਮਝਦੇ ਨੇ ਜਿੰਨੇ ਵੀ ਕਿਸਾਨ ਵੀਰ ਹੈਗੇ ਨੇ ਘਰੇ ਰੱਖਣ ਨੂੰ ਵੀ ਜਿੰਨੀਆਂ ਖੁੱਲੀਆਂ ਫਿਰਨ ਉਨੀਆਂ ਜ਼ਿਆਦਾ ਫੁਰਦੀਆਂ ਜ਼ਿਆਦਾ ਨੇ, ਉਨੀ ਜ਼ਿਆਦਾ ਆਮਦਨ ਆ ਵਿਚਾਰੇ ਖੁਣ ਨਹੀਂ ਲਾਈ ਹੋਈ ਬਾਗ ਵਿੱਚ। ਅੱਛਾ ਜੀ, ਅਤੇ ਬਾਕੀ ਆਪਾਂ ਬਾਈ ਨਾਲ ਫੇਰ ਗੱਲ ਕਰਾਂਗੇ ਵੀਡੀਓ ਦੇ ਵਿੱਚ, ਅਤੇ ਇੰਨੀ ਕੁ ਜਾਣਕਾਰੀ ਲਈ ਤੁਹਾਡਾ ਧੰਨਵਾਦ।